ਦਾਖਲ ਕਰਾ ਦਈਏ ਤੈਨੂੰ ਫਿਰ ਕੀ ਨਾਂ ਤੇਰਾ ਚਰਨਜੀਤ ਕੌਰ ਚਰਨਜੀਤ ਕੌਰ ਪਿੰਡ ਕਿਹੜਾ ਤੇਰਾ ਕਿਹਾ ਹੈ ਸਦਾ ਬਰਨਾਲਾ ਹਾਂ ਥਾਣਾ ਸੇਰ ਪਰ ਹਾਂ ਪਿੰਡ ਹੈ ਸੋਹਰੇ ਸਿੰਨੀ ਵਾਲਾ ਸੋਹਰੇ ਸਿੰਨੀ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨਜੀਤ ਕੌਰ ਨਾਮ ਨਾ ਚਰਨਜੀਤ ਕੌਰ ਭੈਣ ਦਾ ਨਾਮ ਆ ਇਹ ਭਰਾ ਵਾ ਚਰਨਜੀਤ ਕੌਰ ਭੈਣ ਦਾ ਕੀ ਨਾਮ ਬਾਈ ਤੁਹਾਡਾ ਸੁਖਦੇਵ ਮੈਂ ਤਾਂ ਬਾਈ ਨੂੰ ਪਹਿਲਾਂ ਤਾਂ ਧੰਨਵਾਦ ਵੀ ਕਰਦਾ ਸਲਿਊਟ ਵੀ ਕਰਦਾ ਅਤੇ ਧੰਨ ਆ ਇਹ ਬਾਈ ਜਿਹੜਾ ਫਿਰ ਵੀ ਆਪਦੀ ਭੈਣ ਨੂੰ ਇਸ ਹਾਲਾਤ 'ਚ ਚੱਕੀ ਫਿਰਦਾ ਵਾ ਹੈ ਨਾ ਇਹ ਭੈਣ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ ਆਹ ਲੱਤ ਵੀ ਮੱਚੀ ਹੋਈ ਆ ਢੋਈ ਵੀ ਪਿੱਛਿਓਂ ਆਹ ਬਾਂਹ ਵੀ ਸਾਰੀ ਮੱਚੀ ਹੋਈ ਆ ਆਹ ਦੇਖੋ ਇੱਦਾਂ ਹੀ ਐਤਵਾਰ ਦੀ ਅੱਗ ਲੱਗੀ ਹੋਈ ਆ ਅੱਜ ਮੰਗਲਵਾਰ ਹੋ ਗਿਆ ਇੱਦਾਂ ਹੀ ਤੁਰੇ ਫਿਰਦੇ ਨੇ ਭੈਣ ਨੇ ਮੈਂਟਲੀ ਨਾ ਠੀਕ ਹੋਣ ਕਰਕੇ ਆਪਣੇ ਆਪ ਨੂੰ ਅੱਗ ਕਿਵੇਂ ਲਾਈ ਕੀ ਤੇਲ ਪਾ ਲਿਆ ਕੀ ਕਰ ਲਿਆ ਤੇਲ ਪਾ ਲਿਆ ਕੱਪੜੇ ਕੁੱਪੜੇ ਜੇ ਤੀ ਜਿਹੜੇ ਉਹ ਧਰ ਲਏ ਮੈਨੂੰ ਤੁਸੀਂ ਕਿਹਾ ਸੀ ਨਾ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਕਰਾ ਲਈਆਂ ਦੁਕਾਨ ਤੋਂ 5 ਮਿੰਟਾਂ ਚ ਹੋਰ ਚੜ ਗਈ ਤੇ ਬਾਪੂ ਫਿਰ ਮੰਨ ਲਓ ਤੁਹਾਡੇ ਹੁਣ ਭਰਾ ਕਿੰਨੇ ਨੇ ਤੁਸੀਂ ਕਿੰਨੇ ਭੈਣ ਭਰਾ ਹੋ ਤਿੰਨ ਭਰਾ ਇੱਕ ਭੈਣ ਇਕੱਲੀ ਭੈਣ ਆ ਦੂਜੇ ਭਰਾ ਵੀ ਸਾਥ ਦਿੰਦੇ ਆ ਪਿੰਡ ਛੱਡ ਕੇ ਕੋਈ ਬਾਕਾ ਹੋ ਆਪਾਂ ਆਪਦਾ ਟਾਈਮ ਕੱਢਣਾ ਭੈਣ ਦਾ ਘਰ ਤਾਂ ਛੀਨੀ ਵਾਲਾ ਵਿਆਹੀ ਹੋਈ ਉੱਥੇ ਸੀ ਭੈਣ ਚਰਨਜੀਤ ਦੇ ਵੀ ਘਰ ਵਿਪਤਾਵਾਂ ਕਿੱਡੀਆਂ ਇਹਦੇ ਪਹਿਲਾਂ ਤਾਂ ਘਰ ਵਾਲੇ ਦੀ ਮੌਤ ਹੋ ਗਈ ਪਹਿਲਾਂ ਮੁੰਡੇ ਦੀ ਮੌਤ ਹੋ ਗਈ ਫਿਰ ਘਰ ਵਾਲੇ ਦੀ ਮੌਤ ਹੋ ਗਈ ਫਿਰ ਇਹ ਵੀ ਆਪਦਾ ਸਹੁਰਾ ਪਰਿਵਾਰ ਛੱਡ ਕੇ ਆਪਦੇ ਭਰਾ ਕੋਲੇ ਇਹ ਪਹਿਲਾਂ ਹੀ ਕਿਰਾਏ 'ਤੇ ਰਹਿੰਦਾ ਬੰਦਾ ਆਪਦੇ ਭਰਾਵਾਂ ਤੋਂ ਸਤਾਇਆ ਹੋਇਆ ਅਤੇ ਇਹ ਭੈਣ ਵੀ ਆਪਦੇ ਦਿਓਰਾਂ ਜੇਠਾਂ ਤੋਂ ਸਤਾਈ ਹੋਈ ਫਿਰ ਇੱਕ ਥਾਂ 'ਤੇ ਜਾ ਕੇ ਉੱਥੇ ਕਿਰਾਏ 'ਤੇ ਰਹਿੰਦੇ ਆ ਹੁਣ ਕਿਰਾਏ 'ਤੇ ਰਹਿ ਕੇ ਆਪਦਾ ਟਾਈਮ ਪਾਸ ਕਰਦੇ ਆ ਪਰ ਭੈਣ ਦਾ ਦਿਮਾਗੀ ਸੰਤੁਲਨ ਇੰਨਾ ਵਿਗੜ ਗਿਆ ਅਤੇ ਇਹਨੇ ਆਪਣੇ ਆਪ ਨੂੰ ਖਤਮ ਕਰਨ ਦੀ ਖਾਤਰ ਅੱਗ ਲਾ ਲਈ ਅਤੇ ਹਜੇ ਆਉਂਦੀ ਰਹੇ ਸਾਡੀ ਭੈਣ ਭੈਣੇ ਤੁਹਾਡਾ ਕੀ ਨਾਂ ਜਸਵੀਰ ਕੌਰ ਜਸਵੀਰ ਕੌਰ ਭੈਣੇ ਤੁਹਾਡਾ ਵੀ ਉਹੀ ਪਿੰਡ ਆ ਸੰਪਰਕ ਕੀਤਾ ਤੇ ਹੁਣ ਕੱਲ ਰਾਤ ਦੇ ਸਾਡੇ ਕੋਲ ਇੱਥੇ ਕੈਂਪ ਚ ਆਏ ਹੋਏ ਆ ਪਹਿਲਾਂ ਤਾਂ ਅਸੀਂ ਧਿਆਨ ਨਹੀਂ ਦਿੱਤਾ ਸਾਨੂੰ ਤਾਂ ਅਸੀਂ ਵੀ ਨਾਰਮਲੀ ਬਹੁਤ ਸਾਰੇ ਮਰੀਜ਼ ਆਏ ਨੇ ਦਿਮਾਗੀ ਅਪਸੈਟ ਵੀ ਉਹਨਾਂ ਦੇ ਵਿੱਚ ਇੱਕ ਪੇਸ਼ੈਂਟ ਇਹ ਵੀ ਆ ਪਰ ਅੱਜ ਜਦੋਂ ਅਸੀਂ ਦੇਖਿਆ ਤਾਂ ਇਹ ਭੈਣ ਦੇ ਅੱਗ ਲੱਗੀ ਹੋਈ ਢੋਈ ਮੱਚੀ ਹੋਈ ਲੱਤ ਮੱਚੀ ਹੋਈ ਆ ਪੈਰ ਮੱਚਿਆ ਹੋਇਆ ਤਾਂ ਹੁਣ ਇਸ਼ਨਾਨ ਕਰਾਇਆ ਪਹਿਲਾਂ ਤਾਂ ਕੱਪੜੇ ਚੇਂਜ ਕਰਾਏ ਨੇ ਨਮਾਇਆ ਭੈਣ ਦਾ ਪੂਰਾ ਸਰੀਰ ਜੁੜਿਆ ਪਿਆ ਸੀ ਕੱਪੜਿਆਂ ਦੇ ਨਾਲ ਜ਼ਖਮ ਸਾਰਾ ਮਾਸ ਲਿਆ ਪਿਆ ਅੰਦਰ ਹੀ ਇਕੱਠਾ ਹੋਇਆ ਪਿਆ ਹੁਣ ਇਸ਼ਨਾਨ ਕਰਾ ਕੇ ਹੁਣ ਅਸੀਂ ਇਹਨੂੰ ਹੋਸਪਿਟਲ ਐਡਮਿਟ ਕਰਾਉਣ ਲੱਗੇ ਹਾਂ ਦੀਪਕ ਹੋਸਪਿਟਲ 'ਚ ਜਿੱਥੇ ਸਾਡੇ ਪਹਿਲਾਂ ਵੀ 7 ਮਰੀਜ਼ 8 ਦਾਖਲ ਨੇ ਅਤੇ ਉੱਥੇ ਅਸੀਂ ਚਰਨਜੀਤ ਭੈਣ ਨੂੰ ਵੀ ਐਡਮਿਟ ਕਰਾਉਣ ਲੱਗੇ ਹਾਂ ਅਰਦਾਸ ਕਰਿਓ ਇਹਨਾਂ ਦੋਨੇ ਭੈਣ ਭਰਾਵਾਂ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਵਾਲਾ ਹੋਵੇ ਤੰਦਰੁਸਤੀ ਭਰਿਆ ਹੋਵੇ ਹੈਂਜੀ ਆਹੀ ਪਿੰਡ ਆ ਭੈਣੇ ਹਸਨਪੁਰ ਪਿੰਡ ਹਾਂਜੀ ਹਾਂਜੀ ਅਤੇ ਭੈਣ ਦਾ ਸੰਤੁਲਨ ਦਿਮਾਗੀ ਬਿਲਕੁਲ ਹੀ ਸੈੱਟ ਨਹੀਂ ਹੈਗਾ ਬਸ ਤੁਹਾਡੀਆਂ ਦੁਆਵਾਂ ਅਤੇ ਅਰਦਾਸਾਂ ਦੀ ਲੋੜ ਆ ਧੰਨਵਾਦ ਭੈਣੇ ਤੇਰਾ ਬਹੁਤ ਬਹੁਤ ਜਿਹੜਾ ਤੂੰ ਉਪਰਾਲਾ ਕੀਤਾ ਹਾਂ ਉਹਦਾ ਹੀ ਹੈ ਤਾਂ ਪਰ ਆਪਾਂ ਜ਼ਰੀਆ ਬਣੇ ਤੁਸੀਂ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੋਈ ਨਾ ਚਲੋ ਬਿਠਾਓ ਗੱਡੀ 'ਚ ਅਲੀ ਬਿਠਾਓ ਗੱਡੀ 'ਚ ਪੁੱਤ ਇੱਕ ਮੁੰਡਾ ਹੀ ਸੀ ਜੀ 18 ਸਾਲ ਡੀ ਆਈ ਮਸ਼ੀਨ 'ਚ ਲੈ ਕੇ ਲੁਧਿਆਣੇ ਦਵਾਈ ਮੈਨੂੰ ਲੱਗੀ ਮੁੰਡਾ ਗੁਜ਼ਰ ਗਿਆ ਜੀ 2021 'ਚ ਤੀਜੇ ਮਹੀਨੇ ਦੀ 18 ਤਰੀਕ ਨੂੰ ਇਹਦਾ ਘਰ ਆ ਗੁਜ਼ਰ ਗਿਆ ਫਿਰ ਦੂਜੇ ਇਹਨੂੰ ਹੈਰਾਨ ਲੱਗ ਗਏ ਕਰਨ ਹੁਣ ਮੈਂ ਕਹਾਂ ਮੇਰੇ ਕੋਲ ਕੋਈ ਪ੍ਰੋਪਰਟੀ ਨਹੀਂ ਕੁਛ ਨਹੀਂ ਘਰ ਨਹੀਂ ਡਰ ਨਹੀਂ ਘਰੋਂ ਕੱਢਿਆ ਵੱਢਿਆ ਮੈਂ ਦੂਜੇ ਮਹੀਨੇ ਦੀ 24 ਤਰੀਕ ਨੂੰ ਇਹ ਧਨੌਲੇ ਦਾਖਲ ਸੀ ਉੱਥੋਂ ਲੈ ਕੇ ਆਇਆ ਆਪਾਂ ਤੀਜੇ ਮਹੀਨੇ ਦੀ 10 ਤਰੀਕ ਨੂੰ
ਹੁਣ ਜਾਣੀ ਠੀਕ ਤੀ ਹੁਣ ਆਪ ਅੱਗ ਲਾਈ ਹੈ ਕਿਤੇ ਭੱਜ ਗਈ ਗੋਹੇ ਚ ਲੇਟਣ ਲੱਗ ਗਈ ਕਿਤੇ ਕਿਵੇਂ ਕਰਨ ਲੱਗ ਗਈ ਕਿਤੇ ਕਿਵੇਂ ਕਰਨ ਲੱਗ ਗਈ ਇਹਨੇ ਕਿਸੇ ਦੀ ਸੁਣਨੀ ਨਹੀਂ ਸੀ ਇੱਕ ਗੀਤੀ ਮੈਂ ਤੈਨੂੰ ਗੱਲ ਦੱਸਾਂ ਮੋਬਾਈਲ 'ਚ ਚੌਪਾਈ ਭਰਿਆ ਹੋਇਆ ਤੀ ਉਹਦੀ ਉੱਚੀ ਆਵਾਜ਼ ਕਰਕੇ ਕੰਨ ਦੇ ਨਾਲ ਲਾ ਕੇ ਰੱਖ ਦਿੱਤੀ ਦਵਾਈ ਤਾਂ ਦਵਾਈ ਹੈ ਪਰ ਦਵਾਈ ਖਾਧੀ ਨਹੀਂ ਉਹ ਹੱਥ ਨਾ ਉੱਲਿਆ ਇਹਦਾ ਤੁਸੀਂ ਦੇਖ ਹੀ ਲਈ ਯਾਰ ਪੁੱਟਾ ਕਸਰ ਹੈ ਇਹਨੇ ਪਾਇਆ ਨਾ ਮੈਂ ਤਾਂ ਪੈਂਦਾ ਨਹੀਂ ਹੁੰਦਾ ਨਹੀਂ ਪਰਮਾਤਮਾ ਤੇ ਭਰੋਸਾ ਆਉਣਾ ਬਹੁਤ ਮੁਸ਼ਕਿਲ ਹੈ ਨਾ ਇਹਨਾਂ ਨੂੰ ਕਿਹਾ ਸੀ ਲਵੀ ਇਹਨੂੰ ਮੈਡੀਸਨ ਦੀ ਲੋੜ ਹੈਗੀ ਇਹ ਦਿਮਾਗੀ ਅਪਸੈਟ ਹੋ ਰਹੇ ਨੇ ਅਸੀਂ ਸਮਝਾਇਆ ਸੀ ਇਹਨਾਂ ਨੂੰ ਉਦੋਂ ਹੀ ਭਰਮਾਂ 'ਚ ਪਏ ਰਹੇ ਉਦੋਂ ਇਹਨਾਂ ਨੇ ਖਿਆਲ ਨਹੀਂ ਕਰਿਆ ਹੁਣ ਜ਼ਿਆਦਾ ਦਿਮਾਗੀ ਅਪਸੈਟ ਹੋ ਗਏ ਹੁਣ ਇਹਨਾਂ ਦੇ 7 ਬਿਜਲੀਆਂ ਵੀ ਲੱਗੀਆਂ ਹੈ ਨਾ ਵੀਰ ਜੀ ਧਨੌਲੇ ਤੋਂ 7 ਬਿਜਲੀਆਂ ਲੱਗ ਗਈਆਂ ਅਤੇ ਹੁਣ ਸੈੱਟ ਨਹੀਂ ਆ ਰਹੇ ਦਿਮਾਗੀ ਟੈਂਸ਼ਨ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਅੱਗ ਲਾਈ ਅੱਗ 12:15 ਲਾਈ ਆ ਇੱਥੇ ਨੇ ਬੈੱਡ ਨਵੇਂ ਲਏ ਤੀ ਹੁਣ ਹੈ ਪਾ ਕੇ ਉੱਤੇ ਤੇਲ ਪਾ ਕੇ ਸਾਰੇ ਕੱਪੜੇ ਧਰ ਲਏ ਉੱਤੇ ਤੇਲ ਪਾ ਕੇ ਉੱਤੇ ਅੱਗੇ ਤਾਂ ਮੈਂ ਇਹਨੂੰ ਕਹਿੰਦਾ ਹੁੰਦਾ ਵੀ ਚੱਲ ਦਵਾਈ ਲੈ ਲਾ ਹੈ ਹੁਣ ਜਦੋਂ ਤਕਲੀਫ ਆ ਹੁਣ ਕਹਿੰਦੀ ਮੈਨੂੰ ਛੇਤੀ ਲੁਧਿਆਣੇ ਲੈ ਕੇ ਚੱਲ ਤਾਂ ਆਇਆ ਤੀ ਮੈਂ ਤਾਂ ਮਾਰਨ ਇਹਦੇ ਮਨ 'ਤੇ ਆ ਜੇ ਨਾ ਜਵਾਕ ਹੋਵੇ ਜਾਂ ਕੋਈ ਵੀ ਹੋਵੇ ਮੈਂ ਮੇਰਾ ਸਿਰ ਪਾੜਿਆ ਹੋਇਆ ਹੁਣ ਜਦੋਂ ਮੇਰਾ ਵੀ ਸਿਰ ਪਾੜਤਾ ਜਿਹੜਾ ਮੁੰਡਾ ਕੱਲ੍ਹ ਛੱਡ ਕੇ ਗਿਆ ਤੀ ਕਾਕਾ ਪ੍ਰਧਾਨ ਉਹਦੇ ਵੀ ਮਾਰਿਆ ਜਿਹੜੇ ਨੂੰ ਕਹਿ ਦਿਆ ਕਰੇ ਮੈਨੂੰ ਕਸਰ ਹੈ ਰੋਟੀ ਗਵਾਂਢੀਆਂ ਨੇ ਉਹ ਲਿਆ ਕੇ ਖਵਾਉਣਾ ਇਹਨੂੰ ਰੋਟੀ ਆਏਮ ਨਹੀਂ ਤੀ ਹੈਗਾ ਹੁਣ ਘਟੀ ਹੋਈ ਹੈ ਪਹਿਲਾਂ ਤਾਂ 8-8 9-9 ਰੋਟੀਆਂ ਖਾ ਜਾਂਦੀ